ਸਾਰੀ ਸਮੁੱਚੇ ਮੀਡੀਏ ਦਾ ਬਹੁਤ ਬਹੁਤ ਧੰਨਵਾਦ। ਅੱਜ ਤੁਹਾਡੇ ਸਾਹਮਣੇ ਅਸੀਂ, ਜਿਹਦੇ 'ਚ ਮੇਰੇ ਨਾਲ ਸਰਦਾਰ ਜਗਰੂਪ ਸਿੰਘ ਜੀ ਗਿੱਲ MLA ਬਠਿੰਡਾ ਤੋਂ, ਮੈਂ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ, ਜਿਹੜਾ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਹਾਂ। ਅੱਜ ਸਾਨੂੰ ਸਾਡੀ ਪਾਰਟੀ ਨੂੰ ਬਹੁਤ ਵੱਡਾ ਇੱਕ ਜਿਹੜਾ ਸਹਾਰਾ, ਵੱਡਾ ਜਿਹੜਾ ਜਿਹਦੀ ਕਿਸੇ ਨੂੰ ਸ਼ਾਇਦ ਐਡੀ ਵੱਡੀ ਹਮਾਇਤ ਇੱਕ ਦਿਨ ਵਿੱਚ ਦੂਸਰੀਆਂ ਪਾਰਟੀਆਂ ਵਿੱਚੋਂ ਬਹੁਤ ਸੀਨੀਅਰ ਆਗੂ ਸਾਹਿਬਾਨ, ਜਿਹਦੇ 'ਚ ਸਰਦਾਰ ਹਰਪਾਲ ਸਿੰਘ ਜੀ ਢਿੱਲੋਂ ਸਾਹਿਬ, ਜਿਹੜੇ ਓਬਜ਼ਰਵਰ ਵੀ ਸਨ ਮਾਨਸਾ ਜ਼ਿਲ੍ਹੇ ਦੇ ਔਰ ਇੱਥੋਂ ਦੇ ਪ੍ਰਧਾਨ ਨਾਲ MC ਸਨ, ਨਾਲ ਹੀ ਉਹਨਾਂ ਦੇ ਹਰਜਿੰਦਰ ਸਿੰਘ ਜੀ ਸ਼ਿੰਦਾ MC ਜਿਹੜੇ ਨਗਰ ਕੌਂਸਲ ਦੇ, ਨਗਰ ਨਿਗਮ ਦੇ ਬਠਿੰਡਾ ਦੇ, ਉਹਨਾਂ ਦੇ ਨਾਲ ਹੀ ਰਣਦੀਪ ਸਿੰਘ ਜੀ ਰਾਣਾ ਸਾਹਿਬ, ਉਹ ਵੀ MC, ਔਰ ਨਾਲ ਹੀ ਸਰਦਾਰ ਰਜਿੰਦਰ ਸਿੰਘ ਜੀ ਸਿੱਧੂ ਜਿਹੜੇ ਨਗਰ ਨਿਗਮ ਦੇ ਮੈਂਬਰ ਨੇ, ਔਰ ਇਹਨਾਂ ਤੋਂ ਇਲਾਵਾ ਸਰਦਾਰ ਪ੍ਰਗਟ ਸਿੰਘ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਜਿਨ੍ਹਾਂ ਨੇ ਕੰਮ ਕੀਤਾ, ਇਹਨਾਂ ਦੇ ਨਾਲ ਹੀ ਸਰਦਾਰ ਮਨਪ੍ਰੀਤ ਸਿੰਘ ਜੀ ਗੋਸਲ ਜਿਹੜੇ ਅਕਾਲੀ ਦਲ ਦੇ ਮੀਡੀਆ ਸਲਾਹਕਾਰ ਸਨ, ਉਹਨਾਂ ਦੇ ਨਾਲ ਹੀ ਬਿੰਦਰ ਸਿੰਘ ਜੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਠਿੰਡਾ, ਸਰਦਾਰ ਨਰਿੰਦਰ ਸਿੰਘ ਜੀ ਗਰੇਵਾਲ ਸੀਨੀਅਰ ਕਾਂਗਰਸੀ ਆਗੂ, ਔਰ ਸਰਦਾਰ ਸ਼੍ਰੀ ਵਿਸ਼ਾਲ ਲੈਂਬਰ ਜੀ ਜਿਹੜੇ ਸਰਕਲ ਦੇ ਪ੍ਰਧਾਨ ਸਨ। ਸੋ ਜਿਹਦੇ ਵਿੱਚ ਅੱਜ 4 ਨਗਰ ਕੌਂਸਲ ਦੇ ਮੈਂਬਰ, ਬਹੁਤ ਵੱਡੀ ਗੱਲ ਹੈ ਬਠਿੰਡੇ ਤੋਂ ਸਾਡੇ ਨਾਲ, ਜਿਨ੍ਹਾਂ ਨੇ ਅਕਾਲੀ ਦਲ ਦੇ 3 ਔਰ 1 ਕਾਂਗਰਸ ਦਾ ਜਿਹੜਾ ਉਹਨਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹੈ, ਸਾਡੇ ਲਈ ਇਸ ਵੇਲੇ ਬਹੁਤ ਵੱਡਾ ਜਿਹੜਾ, ਕਿਉਂਕਿ ਹਰ ਇੱਕ ਪਾਰਟੀ ਨੂੰ ਇਹ ਜਦੋਂ ਚੋਣ ਲੜਦੇ ਹਾਂ ਸਾਨੂੰ ਇੱਕ ਇੱਕ ਆਦਮੀ ਦੀ ਲੋੜ ਹੁੰਦੀ ਹੈ, ਇੱਕ ਇੱਕ ਬੰਦੇ ਦੀ ਲੋੜ ਹੁੰਦੀ ਹੈ, ਇੱਕ ਇੱਕ ਨਾਗਰਿਕ ਦੀ, ਇੱਕ ਇੱਕ ਵੋਟਰ ਦੀ, ਔਰ ਜਿਨ੍ਹਾਂ ਨੇ ਹਜ਼ਾਰਾਂ ਵੋਟਾਂ ਨਾਲ ਆਪਣੇ ਹਲਕਿਆਂ ਵਿੱਚ ਜਿਹੜੀਆਂ ਨਗਰ ਕੌਂਸਲ ਦੀਆਂ ਮੈਂਬਰੀਆਂ ਜਿੱਤੀਆਂ, ਜਿਹੜੇ ਪਾਰਟੀ ਦੇ ਮੀਡੀਆ ਸਲਾਹਕਾਰ ਰਹੇ, ਜਿਹੜੇ ਪਾਰਟੀ ਦੇ ਓਬਜ਼ਰਵਰ ਰਹੇ, ਪਾਰਟੀ ਦੇ ਸਰਕਲ ਪ੍ਰਧਾਨ ਰਹੇ, ਉਹਨਾਂ ਦਾ ਸਾਡੇ ਵਿੱਚ ਸ਼ਾਮਿਲ ਹੋਣਾ। ਸਾਡੇ 'ਚ ਸਰਦਾਰ ਹਰਿਮੰਦਰ ਸਿੰਘ ਜੀ ਸਾਡੇ ਸੀਨੀਅਰ, ਸਾਡੇ ਅੰਕਲ ਜੀ ਜਿਨ੍ਹਾਂ ਨੇ, ਉਹਨਾਂ ਨੇ ਵੀ ਬਹੁਤ, ਉਹਨਾਂ ਦੀ ਪ੍ਰੇਰਨਾ ਸਦਕਾ ਇਹ ਸਾਡੀ ਪਾਰਟੀ ਵਿੱਚ ਸ਼ਾਮਿਲ ਹੋਏ ਹੈ। ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਲੰਮਾ ਸਮਾਂ ਕੰਮ ਕੀਤਾ, ਜਾਂ ਕਾਂਗਰਸ ਪਾਰਟੀ ਲਈ ਵੀ ਕੀਤਾ, ਪਰ ਉਹਨਾਂ ਪਾਰਟੀਆਂ ਨੇ ਇਹਨਾਂ ਦੀ ਸਮੇਂ ਸਿਰ ਨਾ ਹੀ ਤਾਂ ਸਾਰ ਲਈ ਨਾ ਜਾਣਿਆ, ਔਰ ਉਹਨਾਂ ਦੇਖਦਿਆਂ ਹੋਇਆਂ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ, ਜਿੱਥੇ ਪੰਜਾਬ ਦੀ ਤਰੱਕੀ ਹੋ ਰਹੀ ਹੈ, ਜਿੱਥੇ ਪੰਜਾਬ ਵਿੱਚ ਨੌਕਰੀਆਂ ਬਿਨਾਂ ਪੈਸਿਆਂ ਤੋਂ ਮਿਲ ਰਹੀ ਹੈ, ਇੱਕ ਇਹ ਪਾਰਟੀ ਹੈ ਜਿਹਨੇ 600 ਯੂਨਿਟ ਲੋਕਾਂ ਲਈ, ਜਿਹਦੇ 'ਚ ਕੋਈ ਭੇਦਭਾਵ ਨਹੀਂ ਰੱਖਿਆ, ਜਿਹੜੇ ਪਹਿਲਾਂ ਕਹਿੰਦੇ ਹੁੰਦੇ ਸੀ ਕੁੰਡੀਆਂ ਲਾਓ, ਚੋਰੀ ਦੀਆਂ ਆਦਤਾਂ ਪਾਉਂਦੇ ਸਨ, ਉਹ ਸਰਕਾਰ ਨੇ, ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਇਹ ਜਿਹੜੀਆਂ ਨੀਤੀਆਂ ਨੇ, ਜਿਹੜੀ ਇਮਾਨਦਾਰੀ
ਜਿੱਥੇ ਕਿ ਕਿੰਨੇ 500 ਤੋਂ ਵੱਧ ਜਿਹੜੇ ਅਫਸਰ ਸਾਹਿਬਾਨ ਜਿਨ੍ਹਾਂ ਨੇ ਕੋਈ ਕੁਤਾਹੀਆਂ ਕੀਤੀਆਂ, ਕਰਪਸ਼ਨ ਕੀਤੀ ਆ, ਉਹਨਾਂ 'ਤੇ ਕਾਰਵਾਈਆਂ, ਉਹ ਇਹ ਸਰਦਾਰ ਭਗਵੰਤ ਸਿੰਘ ਮਾਨ ਹੀ ਹੈ ਜਿਹੜੇ ਕਰ ਸਕਦੇ ਸੀ। ਇਹ ਪਾਰਦਰਸ਼ੀ ਸਰਕਾਰ ਚਲਾ ਸਕਦੇ ਆ, ਇਹ ਬਿਨਾਂ ਪੈਸਿਆਂ ਤੋਂ ਨੌਕਰੀਆਂ ਦੇ ਸਕਦੇ। ਇਹਨਾਂ ਗੱਲਾਂ ਨੂੰ ਦੇਖਦਿਆਂ ਹੋਇਆ ਇਹਨਾਂ ਮੇਰੇ ਸਤਿਕਾਰਯੋਗ ਵੀਰਾਂ ਨੇ ਅੱਜ ਪਾਰਟੀ ਵਿੱਚ ਆ ਕੇ ਸਾਡੀ ਪਾਰਟੀ ਨੂੰ ਬਹੁਤ ਤਕੜਾ ਕੀਤਾ। ਖਾਸ ਕਰਕੇ ਮੇਰੀ ਜਿਹੜੀ ਬਠਿੰਡਾ ਲੋਕ ਸਭਾ ਦੀ ਚੋਣ ਹੈ, ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਲੋਕ ਇਹਨਾਂ ਦੇ ਨਾਲ ਹੋਰ ਜੁੜੇ ਆ, ਉਹ ਵਿੱਚ ਸ਼ਾਮਿਲ ਹੋਏ ਆ। ਮੈਂ ਸਾਰਿਆਂ ਨੂੰ, ਔਰ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਰਾਂ ਕੋਲ ਅਸੀਂ ਜਾ ਕੇ ਆਏ ਹਾਂ, ਉੱਥੇ ਸ਼ਮੂਲੀਅਤ ਹੋਈ ਹੈ। ਸਾਰਿਆਂ ਨੂੰ ਮੈਂ ਆਪਣੇ ਵੱਲੋਂ, ਮੇਰੇ ਨਾਲ ਸਤਿਕਾਰਯੋਗ ਸਾਡੇ MLA ਸਰਦਾਰ ਜਗਰੂਪ ਸਿੰਘ ਜੀ ਗਿੱਲ ਸਾਹਿਬ, ਅਸੀਂ ਇਹਨਾਂ ਨੂੰ ਜੀਆਂ ਆਖਦੇ ਹਾਂ, ਵਿਸ਼ਵਾਸ ਦਿਵਾਉਂਦੇ ਹਾਂ ਸਦਾ ਲਈ। ਜਿਵੇਂ ਤੁਹਾਨੂੰ, ਤੁਸੀਂ ਸਾਡੀ ਪਾਰਟੀ ਵਿੱਚ ਇੱਕ ਆਪਣੇ ਬਣ ਕੇ ਉਮੀਦ ਰੱਖ ਕੇ ਆਏ ਹੋ, ਸਦਾ ਸਦਾ ਲਈ ਤੁਹਾਨੂੰ ਇੱਕ ਘਰ ਲੱਗੂਗਾ, ਆਪਣਾ ਭਾਈਚਾਰਾ ਲੱਗੂਗਾ, ਕਦੇ ਬੇਗਾਨਗੀ ਮਨ ਵਿੱਚ ਨਹੀਂ ਆਊਗੀ, ਅਤੇ ਤੁਹਾਨੂੰ ਦੁਬਾਰਾ ਫਿਰ ਜੀ ਆਏਗਾ। ਤੁਹਾਡੇ ਹਲਕੇ ਦੀ ਚੋਣ ਨੂੰ ਲੈ ਕੇ ਵੀ ਕੋਈ ਚਰਚਾ ਹੋਈ ਅੱਜ ਜੀ? ਆਪ ਕਿਵੇਂ ਚੱਲਦੀ ਹੈ ਕੰਪੇਨ ਤੁਹਾਡੀ, ਕੀ ਤੁਹਾਡੇ ਮਸਲੇ ਕੀ ਰਹਿਣ? ਦੇਖੋ ਜੀ, ਅਜੇ ਤੱਕ ਤਾਂ ਮੈਂ ਹੀ ਉਮੀਦਵਾਰ ਹਾਂ ਅਤੇ ਮੈਂ ਹੀ ਚੋਣ ਚਲਾ ਰਿਹਾ, ਦੂਸਰਾ ਕੋਈ ਆਇਆ ਨਹੀਂ, ਅਤੇ ਬਹੁਤ ਵਧੀਆ ਚੱਲ ਰਹੀ ਹੈ, ਬਹੁਤ ਲੋਕਾਂ ਦਾ ਵਧੀਆ ਹੰਗਾਰਾ ਹੈ। ਸੋ ਜਿਹੜਾ 4 ਜੂਨ ਨੂੰ ਰਿਜ਼ਲਟ ਆਉਣਾ, ਉਹ ਤੁਹਾਡੇ ਸਾਹਮਣੇ ਹੋ ਜਾਣਾ ਹੈਗਾ। ਮੈਨੂੰ ਬਹੁਤ ਵੱਡੀ ਉਮੀਦ ਹੈ ਕਿ 1.5 ਲੱਖ ਤੋਂ ਵੱਧ ਵੋਟਾਂ ਦੇ ਮਾਰਜਨ ਨਾਲ ਅਸੀਂ ਆਵਾਂ। ਕਾਂਗਰਸ ਬਹੁਤ ਲੰਮਾ ਸਮਾਂ ਰਾਜ ਕਰਦੀ ਰਹੀ ਹੈ, ਇਹ ਮੈਨੀਫੈਸਟੋ ਕਈ ਕਈ ਵਾਰ ਛਪਦੇ ਰਹੇ ਆ, ਪਹਿਲਾਂ ਜੇ ਉਹਨਾਂ ਨੇ ਕੀਤਾ ਅਤੇ ਹੁਣ ਉਹ ਇਹਦੇ ਵਿੱਚ ਕਿਵੇਂ ਕਰ ਦੇਣਗੇ? ਕੁੜੇ ਸਾਹਿਬ, ਬਠਿੰਡਾ ਤੋਂ ਐਤਕੀ ਚੜਕੁਨਾ ਮੁਕਾਬਲਾ ਹੋਵੇਗਾ, ਪਹਿਲਾਂ ਭਾਜਪਾ ਅਤੇ ਅਕਾਲੀ ਦਲ ਇਕੱਠੇ ਹੁੰਦੇ ਸੀ, ਐਤਕੀ ਭਾਜਪਾ ਵੀ ਆਪਣਾ ਉਮੀਦਵਾਰ ਤਾਰੇਗੀ, ਕਿਵੇਂ ਦੇਖਦੇ ਹੋ ਕੰਪੀਟੀਸ਼ਨ? ਦੇਖੋ ਜੀ, ਹਰ ਇੱਕ ਦਾ ਹੱਕ ਹੈ ਆਪਣਾ ਚੋਣ ਲੜਨਾ, ਮੈਂ ਸਵਾਗਤ ਕਰਦਾ ਜਿਹੜਾ ਵੀ ਉਹਨਾਂ ਵਿੱਚੋਂ ਵੀ ਆਊਗਾ, ਪਰ ਅਜੇ ਤਾਂ ਕੋਈ ਆ ਹੀ ਨਹੀਂ ਰਿਹਾ, ਮੈਂ ਹੁਣ ਸਵਾਗਤ ਕਿਹਦਾ ਕਰਾਂ? ਕੋਈ ਇੱਛਾ ਜ਼ਾਹਿਰ ਕਰਦੇ ਹੋ ਬੀਬੀ ਹਰਸਿਮਰਤ ਕੌਰ ਬਾਦਲ ਤੁਹਾਡੇ ਅਗੇਂਸਟ ਦੁਬਾਰਾ ਇਲੈਕਸ਼ਨ ਲੜਨ, ਉਹਨਾਂ 'ਚੋਂ? ਦੇਖੋ ਜੀ, ਮੈਨੂੰ ਤਾਂ ਹੁਕਮ ਹੀ ਇਸੇ ਕਰਕੇ ਹੋਇਆ ਸੀ ਕਿ ਬੀਬਾ ਹਰਸਿਮਰਤ ਦੇ ਖਿਲਾਫ਼ ਚੋਣ ਲੜਨੀ ਹੈ, ਅਤੇ ਮੈਂ ਇਹ ਹੁਕਮ ਮੰਨਦਾ ਹੋਇਆ ਪਾਰਟੀ ਦਾ ਹਾਜ਼ਰ ਹੋ ਗਿਆ, ਅਤੇ ਮੈਂ ਤਾਂ ਕਹਿੰਦਾ ਜ਼ਰੂਰ ਮੈਨੂੰ ਬਹੁਤ ਚੰਗਾ ਲੱਗੂਗਾ ਕਿ ਉਹਨਾਂ ਨਾਲ ਮੇਰੀ ਚੋਣ ਹੋਵੇ।